ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਇਸ ਸਮੇਂ ਦੁਨੀਆ ਦੀ ਸਭ ਤੋਂ ਵਧੀਆ ਕਰੰਸੀ ਕਿਹੜੀ ਹੈ ਜਾਂ ਉਹ ਕਿਹੜੀ ਕਰੰਸੀ ਹੈ ਜਿਹੜੀ ਇਸ ਟਾਈਮ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਵਧੀਆ ਪਰਫਾਰਮੈਂਸ ਕਰ ਰਹੀ ਹੈ, ਤਾਂ ਮੈਨੂੰ ਉਮੀਦ ਹੈ ਕਿ ਤੁਹਾਡੇ ਵਿੱਚ ਜ਼ਿਆਦਾਤਰ ਲੋਕਾਂ ਦਾ ਜਵਾਬ ਹੋਏਗਾ ਅਮਰੀਕਨ ਡਾਲਰ ਜਾਂ ਫਿਰ ਯੂਕੇ ਦਾ ਪਾਉਂਡ। ਬਾਕੀ ਬਚੇ ਲੋਕ ਤਾਂ ਕਿਸੇ ਅਰਬ ਦੇਸ਼ ਦੇ ਦਰਾਮ, ਰਿਆਲ ਜਾਂ ਫਿਰ ਕਿਸੇ ਜਾਪਾਨ ਦੇ ਦੇਸ਼ ਦੀ ਕਰੰਸੀ ਦੀ ਗੱਲ ਕਰਨਗੇ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਤੁਹਾਡੇ ਸਾਰੇ ਜਵਾਬ ਗਲਤ ਹੋਣਗੇ, ਕਿਉਂਕਿ ਪਿਛਲੇ 1-2 ਮਹੀਨਿਆਂ ਦੇ ਵਿੱਚ ਇਸ ਲਿਸਟ ਦੇ ਵਿੱਚ ਇੱਕ ਨਵੇਂ ਦੇਸ਼ ਦੀ ਐਂਟਰੀ ਹੋਈ ਹੈ। ਇਹ ਕਰੰਸੀ ਦੇ ਮਾਮਲੇ ਦੇ ਵਿੱਚ ਇਸ ਨਵੇਂ ਦੇਸ਼ ਦੀ ਇੱਥੇ ਐਂਟਰੀ ਹੀ ਨਹੀਂ ਹੁੰਦੀ, ਬਲਕਿ ਇਸ ਨੇ ਦੁਨੀਆ ਦੇ ਕਹਿੰਦੇ ਕਹਾਉਂਦੇ ਦੇਸ਼ਾਂ ਨੂੰ ਵੀ ਹੈਰਾਨ ਕਰਕੇ ਰੱਖ ਦਿੱਤਾ ਹੈ। ਇਹ ਦੇਸ਼ ਨੇ ਬਹੁਤ ਸਾਰੇ ਦੇਸ਼ਾਂ ਦੀ ਕਰੰਸੀ ਨੂੰ ਪਰਫਾਰਮੈਂਸ ਦੇ ਮਾਮਲੇ ਦੇ ਵਿੱਚ ਪਿੱਛੇ ਛੱਡ ਦਿੱਤਾ ਹੈ। ਪਿਛਲੇ 1 ਮਹੀਨੇ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਅੱਗੇ ਵੱਧਦਾ ਹੋਇਆ ਡਾਲਰ, ਪੌਂਡ, ਯੂਰੋ, ਦਰਾਮ ਅਤੇ ਦਿਨਾਰ ਨੂੰ ਪਿੱਛੇ ਛੱਡਣ ਵਾਲਾ ਇਹ ਦੇਸ਼ ਕੋਈ ਹੋਰ ਦੇਸ਼ ਨਹੀਂ ਬਲਕਿ ਅਫਗਾਨਿਸਤਾਨ ਹੈ। ਹਾਂਜੀ, ਅਸੀਂ ਗੱਲ ਕਰ ਰਹੇ ਹਾਂ ਅਫਗਾਨਿਸਤਾਨ ਦੀ ਕਰੰਸੀ ਅਫਗਾਨੀ ਦੇ ਬਾਰੇ। ਜਿਸ ਤਰ੍ਹਾਂ ਅਮਰੀਕਾ ਦੀ ਕਰੰਸੀ ਨੂੰ ਡਾਲਰ ਕਿਹਾ ਜਾਂਦਾ ਹੈ, ਇੰਡੀਆ ਦੀ ਕਰੰਸੀ ਨੂੰ ਰੁਪਈਆ ਕਿਹਾ ਜਾਂਦਾ ਹੈ, ਇਸ ਤਰ੍ਹਾਂ ਹੀ ਅਫਗਾਨਿਸਤਾਨ ਦੀ ਕਰੰਸੀ ਨੂੰ ਅਫਗਾਨੀ ਕਿਹਾ ਜਾਂਦਾ ਹੈ। 2 ਸਾਲ ਪਿੱਛੇ ਜਾਈਏ, ਜਾਣ ਕੇ 2021 ਦੇ ਵਿੱਚ ਜਦੋਂ ਅਮਰੀਕਾ ਦੀ ਸਪੋਰਟ ਵਾਲੀ ਅਫਗਾਨਿਸਤਾਨ ਦੇ ਵਿੱਚ ਸਰਕਾਰ ਡਿੱਗੀ ਸੀ, ਤਾਂ ਉਸ ਤੋਂ ਬਾਅਦ ਤਾਲਿਬਾਨ ਦੀ ਅਫਗਾਨਿਸਤਾਨ ਦੇ ਵਿੱਚ ਵਾਪਸੀ ਹੁੰਦੀ ਹੈ। ਤਾਲਿਬਾਨ ਦੇ ਆਉਣ ਦੇ ਨਾਲ ਅਫਗਾਨਿਸਤਾਨ ਦੀ ਇਕਾਨਮੀ ਜਾਂ ਕਹੀਏ ਆਰਥਿਕਤਾ ਬੁਰੀ ਤਰ੍ਹਾਂ ਦੇ ਨਾਲ ਥੱਲੇ ਡਿੱਗ ਜਾਂਦੀ ਹੈ। ਮਤਲਬ ਕਿ ਅਫਗਾਨਿਸਤਾਨ ਦੀ ਕਰੰਸੀ ਬਰਬਾਦ ਹੋ ਗਈ ਸੀ। ਜਨਵਰੀ 2022 ਆਉਂਦੇ ਤਾਂ ਅਫਗਾਨੀ ਕਰੰਸੀ ਦਾ ਇਹ ਹਾਲ ਹੋ ਗਿਆ ਸੀ, 1 ਡਾਲਰ ਦੇ ਮੁਕਾਬਲੇ ਇਹ 103 ਰਹਿ ਗਈ ਸੀ। ਅਮਰੀਕਾ ਦੇ ਡਾਲਰ ਦੇ ਅਫਗਾਨਿਸਤਾਨ ਦੇ ਵਿੱਚ 103 ਬਣ ਜਾਂਦੇ ਸਨ, ਤੇ ਸਾਰੀ ਦੁਨੀਆ ਨੂੰ ਲੱਗਦਾ ਸੀ ਕਿ ਅਫਗਾਨਿਸਤਾਨ ਦੀ ਇਹ ਕਰੰਸੀ ਬਰਬਾਦ ਹੋ ਚੁੱਕੀ ਹੈ ਤੇ ਇਸ ਤੋਂ ਬਾਅਦ ਇਹ ਕਦੇ ਵੀ ਕਰੰਸੀ ਆਪਣੀ ਵਾਪਸੀ ਨਹੀਂ ਕਰੇਗੀ। ਇਹ ਸੋਚਣ ਦਾ ਇੱਕ ਮੁੱਖ ਕਾਰਨ ਇਹ ਵੀ ਸੀ ਕਿ ਜਦੋਂ ਹੀ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੀ ਵਾਪਸੀ ਹੋ ਜਾਂਦੀ ਹੈ, ਅਮਰੀਕਾ ਤੇ ਉਸਦੇ ਦੋਸਤ ਦੇਸ਼ਾਂ ਦੇ ਵੱਲੋਂ ਅਫਗਾਨਿਸਤਾਨ ਦੇ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਨੇ, ਜਿਸ ਦੇ ਕਾਰਨ ਅਫਗਾਨਿਸਤਾਨ ਦੀ ਆਰਥਿਕਤਾ ਜਾਂ ਕਹੀਏ ਇਸ ਦੀ ਇਕਾਨਮੀ ਦੇ ਉੱਪਰ ਬਹੁਤ ਜ਼ਿਆਦਾ ਬੁਰਾ ਅਸਰ ਪੈਂਦਾ ਹੈ ਤੇ ਆਪਣੀ ਇਸ ਬੁਰੀ ਇਕਾਨਮੀ ਦੇ ਕਾਰਨ ਹੀ ਅਫਗਾਨਿਸਤਾਨ ਦੀ ਕਰੰਸੀ ਫਿਰ ਕ੍ਰੈਸ਼ ਕਰ ਜਾਂਦੀ ਹੈ। ਪਰ ਹੌਲੀ ਹੌਲੀ ਹਾਲਾਤ ਬਦਲਣੇ ਸ਼ੁਰੂ ਹੁੰਦੇ ਨੇ ਤੇ ਤਾਲਿਬਾਨ ਆਪਣੀ ਇਕਾਨਮੀ ਅਤੇ ਆਪਣੀ ਕਰੰਸੀ ਨੂੰ ਮੈਨੇਜ ਕਰਨ ਦੇ ਵਿੱਚ ਸਫਲ ਹੋ ਜਾਂਦਾ ਹੈ। ਇਸ ਤੋਂ ਬਾਅਦ ਅਫਗਾਨਿਸਤਾਨ ਦੀ ਕਰੰਸੀ ਨਾ ਸਿਰਫ ਵਾਪਸੀ ਕਰਦੀ ਹੈ ਬਲਕਿ ਇੰਨੀ ਤੇਜ਼ੀ ਦੇ ਨਾਲ ਅੱਗੇ ਨੂੰ ਵੱਧਦੀ ਹੈ ਜਿਸ ਦੇ ਨਾਲ ਸਾਰੀ ਦੁਨੀਆ ਹੈਰਾਨ ਰਹਿ ਜਾਂਦੀ ਹੈ ਤੇ ਪਰਫਾਰਮੈਂਸ ਦੇ ਮਾਮਲੇ ਦੇ ਵਿੱਚ ਅੱਜ ਅਫਗਾਨਿਸਤਾਨ ਦੀ ਕਰੰਸੀ ਨੇ ਪੂਰੀ ਦੁਨੀਆ ਦੇ ਸਭ ਤੋਂ ਵਧੀਆ ਤੇ ਚੰਗੀਆਂ ਕਰੰਸੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਅੱਜ ਦੇ ਸਮੇਂ ਤਾਂ ਹਾਲਾਤ ਇਹ ਨੇ ਕਿ ਅਫਗਾਨੀ ਕਰੰਸੀ ਹੁਣ ਡਾਲਰ ਦੇ ਮੁਕਾਬਲੇ 78 ਦੇ ਉੱਪਰ ਆ ਗਈ ਹੈ, ਮਤਲਬ ਕਿ ਹੁਣ 1 ਅਮਰੀਕੀ ਡਾਲਰ ਦੇ 78 ਅਫਗਾਨੀ ਬਣਦੇ ਨੇ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਇਹ 1 ਡਾਲਰ ਦੇ ਮੁਕਾਬਲੇ 103 ਦੇ ਉੱਪਰ ਪਹੁੰਚ ਗਿਆ ਸੀ ਤੇ ਹੁਣ ਜਿਹੜਾ ਘਟ ਕੇ ਸਿਰਫ 78 ਰਹਿ ਗਿਆ ਹੈ। ਪਰਫਾਰਮੈਂਸ ਨੂੰ ਛੱਡ ਕੇ ਸਿਰਫ ਨੰਬਰ ਦੀ ਗੱਲ ਹੀ ਕੀਤੀ ਜਾਵੇ ਤਾਂ ਇਸ ਸਮੇਂ ਅਫਗਾਨੀ ਕਰੰਸੀ ਇੰਡੀਆ ਤੋਂ ਵੀ ਅੱਗੇ ਖੜੀ ਹੈ। ਜਿੱਥੇ ਇੰਡੀਆ ਦੀ ਇਕਾਨਮੀ ਦੁਨੀਆ ਦੇ ਟੌਪ ਦੇ ਇਕਾਨਮੀ ਵਾਲੇ ਦੇਸ਼ਾਂ ਦੇ ਵਿੱਚ ਆਉਂਦੀ ਹੈ, ਉੱਥੇ ਹੀ ਇੰਡੀਆ ਦੀ ਕਰੰਸੀ ਦੇ 1 ਡਾਲਰ ਦੇ 83 ਰੁਪਏ ਬਣਦੇ ਨੇ ਤੇ ਅਫਗਾਨਿਸਤਾਨ ਦੇ 1 ਡਾਲਰ ਦੇ ਬਣਦੇ ਨੇ 78 ਅਫਗਾਨੀ। ਰਹੀ ਗੱਲ ਪਾਕਿਸਤਾਨ ਦੀ, ਤਾਂ ਤੁਸੀਂ ਇਸ ਦੀ ਗੱਲ ਹੀ ਨਾ ਕਰੋ, ਕਿਉਂਕਿ ਪਿਛਲੇ 1-2 ਮਹੀਨਿਆਂ ਵਿੱਚ ਤਾਂ 1 ਡਾਲਰ ਦਾ ਰੇਟ ਪਾਕਿਸਤਾਨ ਦੇ ਵਿੱਚ 250, 300 ਕਿਤੇ 350 ਰੁਪਏ ਤੱਕ ਵੀ ਚਲਿਆ ਗਿਆ ਹੈ। ਹੁਣ ਸਵਾਲ ਇਹ ਆਉਂਦਾ ਹੈ ਕਿ ਆਖਰ ਅਜਿਹਾ ਹੋਇਆ ਕਿ ਜਿਸ ਦੇ ਨਾਲ ਤਾਲਿਬਾਨ ਨੇ ਆਪਣੀ ਕਰੰਸੀ ਨੂੰ ਇੰਨਾ ਜ਼ਿਆਦਾ ਮਜ਼ਬੂਤ ਅਤੇ ਇੰਨਾ ਤਾਕਤਵਰ ਬਣਾ ਲਿਆ, ਬਾਵਜੂਦ ਇਸ ਦੇ ਕਿ ਉਸ ਦੇ ਉੱਪਰ ਪੱਛਮੀ ਦੇਸ਼ਾਂ ਦੀਆਂ ਬਹੁਤ ਜ਼ਿਆਦਾ ਪਾਬੰਦੀਆਂ ਲੱਗੀਆਂ ਹੋਈਆਂ ਨੇ। ਇਸ ਦੇ ਪਿੱਛੇ ਬਹੁਤ ਜ਼ਿਆਦਾ ਕਾਰਨ ਦੱਸੇ ਜਾ ਰਹੇ ਨੇ, ਪਰ ਜਿਹੜਾ ਐਕਸਪਰਟ ਕਾਰਨ ਦੱਸਦੇ ਨੇ ਉਹ ਇਹ ਨੇ ਕਿ ਤਾਲਿਬਾਨ ਨੇ ਸਮਝਦਾਰੀ ਦਿਖਾਉਂਦੇ ਹੋਏ ਅਜਿਹੇ ਨਿਯਮ ਅਤੇ ਕਾਨੂੰਨ ਆਪਣੇ ਦੇਸ਼ ਦੇ ਵਿੱਚ ਲੈ ਕੇ ਆਉਂਦੇ ਜਿਸ ਦੇ ਨਾਲ ਉਸ ਦੀ ਕਰੰਸੀ ਨੂੰ ਇੰਨਾ ਜ਼ਿਆਦਾ ਫਾਇਦਾ ਹੋ ਗਿਆ। ਇਸ ਦੇ ਵਿੱਚ ਪਹਿਲਾ ਕਾਨੂੰਨ ਤਾਂ ਇਹ ਸੀ ਕਿ ਤਾਲਿਬਾਨ ਨੇ ਪਾਵਰ ਦੇ ਵਿੱਚ ਆਉਂਦਿਆਂ ਹੀ ਸਭ ਤੋਂ ਪਹਿਲਾਂ ਅਮਰੀਕਨ ਡਾਲਰ ਅਤੇ ਪਾਕਿਸਤਾਨੀ ਰੁਪਈਏ ਨੂੰ ਆਪਣੇ ਦੇਸ਼ ਦੇ ਵਿੱਚ ਬੈਨ ਕਰ ਦਿੱਤਾ। ਮਤਲਬ ਕਿ ਹੁਣ ਅਫਗਾਨੀ ਲੋਕ ਨਾ ਤਾਂ ਇਹਨਾਂ ਦੋਨੇ ਕਰੰਸੀਆਂ ਨੂੰ ਆਪਣੇ ਕੋਲ ਰੱਖ ਸਕਦੇ ਸੀ ਅਤੇ ਨਾ ਹੀ ਇਹਨਾਂ ਨੂੰ ਮਾਰਕੀਟ ਦੇ ਵਿੱਚ ਚਲਾ ਸਕਦੇ ਸੀ। ਇਸ ਤੋਂ ਕੁਝ ਸਮੇਂ ਬਾਅਦ ਹੀ ਤਾਲਿਬਾਨ ਨੇ ਇੱਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਆਪਣੇ ਦੇਸ਼ ਦੇ ਵਿੱਚ ਇਹਨਾਂ ਦੋਨੇ ਕਰੰਸੀਆਂ ਨੂੰ ਹੀ ਨਹੀਂ ਬਲਕਿ ਦੁਨੀਆ ਦੀਆਂ ਸਾਰੀਆਂ ਕਰੰਸੀਆਂ ਨੂੰ ਬੈਨ ਕਰ ਦਿੱਤਾ। ਮਤਲਬ ਕਿ ਹੁਣ ਜਿਨ੍ਹਾਂ ਲੋਕਾਂ ਦੇ ਕੋਲ ਅਫਗਾਨਿਸਤਾਨ ਵਿੱਚ ਹੋਰ ਦੇਸ਼ਾਂ ਦੀਆਂ ਕਰੰਸੀਆਂ ਸਨ, ਉਹ ਚਾਹ ਕੇ ਵੀ ਉਹ ਕਰੰਸੀ ਨੂੰ ਆਪਣੇ ਦੇਸ਼ ਦੇ ਵਿੱਚ ਨਹੀਂ ਚਲਾ ਸਕਦੇ ਸੀ। ਹਾਲਾਤ ਇਸ ਤਰ੍ਹਾਂ ਬਣ ਗਏ ਕਿ ਜੇਕਰ ਹੁਣ ਅਫਗਾਨਿਸਤਾਨ ਦੇ ਵਿੱਚ ਕਿਸੇ ਨੇ ਕੋਈ ਚੀਜ਼ ਖਰੀਦਣੀ ਹੈ ਜਾਂ ਵੇਚਣੀ ਹੈ ਤਾਂ ਉਹ ਸਿਰਫ ਅਫਗਾਨੀ ਕਰੰਸੀ ਦੇ ਵਿੱਚ ਹੀ ਲੈਣ ਦੇਣ ਕਰ ਸਕਦਾ ਹੈ। ਇਸ ਤਰ੍ਹਾਂ ਤਾਲਿਬਾਨ ਦੇ ਸਾਰੇ ਫੈਸਲੇ ਉਸ ਦੀ ਕਰੰਸੀ ਦੇ ਲਈ ਮਾਸਟਰ ਸਟ੍ਰੋਕ ਸਾਬਤ ਹੁੰਦੇ ਨੇ, ਕਿਉਂਕਿ ਇਹਨਾਂ ਫੈਸਲਿਆਂ ਦੇ ਬਾਵਜੂਦ ਹੀ ਹੁਣ ਅਫਗਾਨਿਸਤਾਨ ਦੇ ਲੋਕਾਂ ਨੂੰ ਨਾ ਚਾਹੁੰਦੇ ਹੋਏ ਵੀ ਆਪਣੀ ਕਰੰਸੀ ਦੇ ਵਿੱਚ ਹੀ ਲੈਣ ਦੇਣ ਕਰਨਾ ਪੈ ਰਿਹਾ ਸੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਕੁਝ ਕੁ ਦਿਨਾਂ ਦੇ ਵਿੱਚ ਹੀ ਬੜੀ ਤੇਜ਼ੀ ਦੇ ਨਾਲ ਫੋਰਨ ਦੀ ਕਰੰਸੀ ਜਿਹੜੀ ਅਫਗਾਨਿਸਤਾਨ ਦੀ ਮਾਰਕੀਟ ਦੇ ਵਿੱਚ ਚੱਲ ਰਹੀ ਸੀ ਉਹ ਗਾਇਬ ਹੋ ਗਈ ਤੇ ਅਫਗਾਨਿਸਤਾਨ ਦੀ ਲੋਕਲ ਕਰੰਸੀ ਦੀ ਮੰਗ ਬਹੁਤ ਤੇਜ਼ੀ ਦੇ ਨਾਲ ਅਸਮਾਨ ਤੱਕ ਪਹੁੰਚ ਗਈ। ਅਫਗਾਨਿਸਤਾਨ ਦੀ ਕਰੰਸੀ ਨੂੰ ਮਜ਼ਬੂਤ ਕਰਨ ਦੇ ਵਿੱਚ ਇੱਕ ਬਹੁਤ ਵੱਡਾ ਕਾਰਨ ਚਾਈਨਾ ਦਾ ਅਫਗਾਨਿਸਤਾਨ ਦੇ ਨੇੜੇ ਆਉਣਾ ਵੀ ਹੈ। ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਇੱਕ ਲੰਬੇ ਸਮੇਂ ਤੋਂ ਚਾਈਨਾ ਬਹੁਤ ਤੇਜ਼ੀ ਦੇ ਨਾਲ ਅਫਗਾਨਿਸਤਾਨ ਦੇ ਨੇੜੇ ਆ ਰਿਹਾ ਹੈ ਜਾਂ ਕਹੀਏ ਤਾਲਿਬਾਨ ਦੇ ਨੇੜੇ ਆ ਰਿਹਾ ਹੈ। ਚਾਈਨਾ ਤੇ ਤਾਲਿਬਾਨ ਦੇ ਵਿਚਕਾਰ ਇੱਕ ਤੋਂ ਬਾਅਦ ਇੱਕ ਡੀਲਸ ਹੋ ਰਹੀਆਂ ਨੇ। ਚਾਈਨਾ ਤੇ ਤਾਲਿਬਾਨ ਦੇ ਵਿਚਕਾਰ
ਬਦਲ ਜਾਵੇਗੀ। ਅਫਗਾਨਿਸਤਾਨ ਦੀ ਕਰੰਸੀ ਨੂੰ ਇੰਨਾ ਜ਼ਿਆਦਾ ਮਜ਼ਬੂਤ ਬਣਾਉਣ ਦੇ ਵਿੱਚ ਇੱਕ ਜਿਹੜਾ ਹੋਰ ਬਹੁਤ ਵੱਡਾ ਕਾਰਨ ਸੀ ਉਹ ਸੀ ਯੂਨਾਈਟਿਡ ਨੇਸ਼ਨ ਅਤੇ ਖੁਦ ਅਮਰੀਕਾ। ਹੁਣ ਤੁਸੀਂ ਆਪ ਸੋਚੋਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ, ਕਿਵੇਂ ਯੂਐਨ ਜਾਂ ਕਿ ਯੂਨਾਈਟਿਡ ਨੇਸ਼ਨ ਅਤੇ ਅਮਰੀਕਾ ਅਫਗਾਨਿਸਤਾਨ ਦੀ ਕਰੰਸੀ ਨੂੰ ਮਜ਼ਬੂਤ ਕਰ ਸਕਦੇ ਨੇ। ਤੁਹਾਨੂੰ ਆਸਾਨ ਭਾਸ਼ਾ ਦੇ ਵਿੱਚ ਸਮਝਾਉਂਦੇ ਹਾਂ, ਜਦੋਂ 2021 ਦੇ ਵਿੱਚ ਅਮਰੀਕਾ ਨੂੰ ਅਫਗਾਨਿਸਤਾਨ ਛੱਡ ਕੇ ਪਿੱਛੇ ਜਾਣਾ ਪਿਆ ਸੀ ਤੇ ਉਸ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੀ ਵਾਪਸੀ ਹੁੰਦੀ ਹੈ ਤਾਂ ਅਫਗਾਨਿਸਤਾਨ ਦੇ ਹਾਲਾਤ ਉਸ ਸਮੇਂ ਬਹੁਤ ਜ਼ਿਆਦਾ ਬੁਰੇ ਹੋ ਚੁੱਕੇ ਸਨ, ਕਿਉਂਕਿ ਅਫਗਾਨਿਸਤਾਨ ਕਾਫੀ ਲੰਬੇ ਸਮੇਂ ਤੋਂ ਇੱਕ ਯੁੱਧ ਦਾ ਸਾਹਮਣਾ ਕਰ ਰਿਹਾ ਸੀ ਜਿਸ ਕਾਰਨ ਉੱਥੇ ਬੇਰੁਜ਼ਗਾਰੀ ਅਤੇ ਭੁੱਖਮਰੀ ਵੱਧ ਚੁੱਕੀ ਸੀ। ਪੂਰੇ ਅਫਗਾਨਿਸਤਾਨ ਦੇ ਵਿੱਚ ਗਰੀਬੀ ਆਪਣੇ ਪੈਰ ਪਸਾਰ ਚੁੱਕੀ ਸੀ ਤੇ ਉਸ ਸਮੇਂ ਯੂਐਨ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਜਿਵੇਂ ਦੂਜੇ ਦੇਸ਼ਾਂ ਦੀ ਮਦਦ ਕੀਤੀ ਜਾਂਦੀ ਹੈ ਅਜਿਹੇ ਹਾਲਾਤਾਂ ਦੇ ਵਿੱਚ ਤੇ ਸਾਨੂੰ ਅਫਗਾਨਿਸਤਾਨ ਦੀ ਵੀ ਮਦਦ ਕਰਨੀ ਚਾਹੀਦੀ ਹੈ। ਪਰ ਪਰੇਸ਼ਾਨੀ ਦੀ ਗੱਲ ਤਾਂ ਇਹ ਸੀ ਕਿ ਯੂਐਨ ਜਿਵੇਂ ਹੋਰ ਦੇਸ਼ਾਂ ਦੇ ਵਿੱਚ ਮਦਦ ਭੇਜਦਾ ਹੈ ਉਸ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ ਇਹ ਮਦਦ ਨਹੀਂ ਭੇਜ ਸਕਦਾ ਸੀ, ਕਿਉਂਕਿ ਅਮਰੀਕਾ ਤੇ ਪੱਛਮੀ ਦੇਸ਼ਾਂ ਨੇ ਅਫਗਾਨਿਸਤਾਨ ਦੇ ਉੱਪਰ ਬਹੁਤ ਜ਼ਿਆਦਾ ਪਾਬੰਦੀਆਂ ਲਗਾ ਦਿੱਤੀਆਂ ਸਨ। ਉਹਨਾਂ ਨੇ ਨਾ ਸਿਰਫ ਅਫਗਾਨਿਸਤਾਨ ਦਾ ਫੋਰਨ ਰਿਜ਼ਰਵ ਸੀਲ ਕੀਤਾ ਸੀ ਬਲਕਿ ਇਹਨਾਂ ਦੇ ਉੱਪਰ ਹੋਰ ਵੀ ਕਈ ਬਹੁਤ ਜ਼ਿਆਦਾ ਸਖਤ ਪਾਬੰਦੀਆਂ ਲਗਾਈਆਂ ਸਨ। ਇਹਨਾਂ ਪਾਬੰਦੀਆਂ ਦਾ ਸੰਬੰਧ ਬੈਂਕਿੰਗ ਦੇ ਨਾਲ ਵੀ ਸੀ, ਜਿਹਦੇ ਵਿੱਚ ਅਫਗਾਨਿਸਤਾਨ ਦੇ ਉੱਪਰ ਇਹ ਵੀ ਪਾਬੰਦੀ ਲੱਗੀ ਹੋਈ ਸੀ ਕਿ ਕੋਈ ਵੀ ਆਰਗੇਨਾਈਜੇਸ਼ਨ ਅਜਿਹੀ ਕੋਈ ਟ੍ਰਾਂਜੈਕਸ਼ਨ ਨਹੀਂ ਕਰੇਗੀ ਜਿਹਦੇ ਵਿੱਚ ਅਫਗਾਨਿਸਤਾਨ ਦੀ ਬੈਂਕ ਦਾ ਅਕਾਊਂਟ ਲੱਗਿਆ ਹੋਵੇਗਾ, ਜਿਸ ਦੇ ਕਾਰਨ ਅਫਗਾਨਿਸਤਾਨ ਚਾਹੁੰਦੇ ਹੋਏ ਵੀ ਦੁਨੀਆ ਦੇ ਕਿਸੇ ਵੀ ਬੈਂਕ ਤੋਂ ਪੈਸਿਆਂ ਦਾ ਲੈਣ ਦੇਣ ਨਹੀਂ ਕਰ ਸਕਦਾ ਸੀ ਤੇ ਇਹੀ ਕਾਨੂੰਨ ਯੂਨਾਈਟਿਡ ਨੇਸ਼ਨ ਦੇ ਉੱਪਰ ਵੀ ਲਾਗੂ ਹੁੰਦਾ ਸੀ। ਇਸ ਕਰਕੇ ਅਫਗਾਨਿਸਤਾਨ ਦੇ ਵਿੱਚ ਮਦਦ ਤਾਂ ਭੇਜੇਗੀ ਪਰ ਉਹ ਬੈਂਕ ਦੇ ਰਾਹੀਂ ਟ੍ਰਾਂਜੈਕਸ਼ਨ ਕਰਕੇ ਨਹੀਂ ਬਲਕਿ ਡਾਲਰਾਂ ਦੇ ਨਾਲ ਭਰੇ ਹੋਏ ਜਹਾਜ਼ ਅਫਗਾਨਿਸਤਾਨ ਦੇ ਵਿੱਚ ਮਦਦ ਦੇ ਲਈ ਭੇਜੇ ਗਏ। ਇੱਕ ਤੋਂ ਬਾਅਦ ਇੱਕ ਕਈ ਡਾਲਰਾਂ ਦੇ ਨਾਲ ਭਰੇ ਹੋਏ ਜਹਾਜ਼ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਪਹੁੰਚੇ ਤੇ ਉੱਥੋਂ ਇਹ ਸਾਰੇ ਡਾਲਰਾਂ ਨੂੰ ਅਫਗਾਨਿਸਤਾਨ ਦੀ ਲੋਕਲ ਕਰੰਸੀ ਜਾਣੀ ਕਿ ਅਫਗਾਨੀ ਦੇ ਵਿੱਚ ਬਦਲ ਦਿੱਤਾ ਜਾਂਦਾ ਸੀ ਤੇ ਉਸ ਤੋਂ ਬਾਅਦ ਇਹ ਸਾਰੇ ਪੈਸਿਆਂ ਨੂੰ ਅਫਗਾਨਿਸਤਾਨ ਦੀ ਮਾਰਕੀਟ ਦੇ ਵਿੱਚ ਭੇਜਿਆ ਜਾਂਦਾ ਸੀ। ਇਸ ਤਰ੍ਹਾਂ ਯੂਐਨ ਵੱਲੋਂ ਹੈਲਪ ਦੇ ਲਈ ਭੇਜੇ ਸਾਰੇ ਡਾਲਰ ਅਫਗਾਨਿਸਤਾਨ ਦੀ ਕਰੰਸੀ ਦੇ ਵਿੱਚ ਕਨਵਰਟ ਹੋ ਗਏ ਤੇ ਨਾ ਚਾਹੁੰਦੇ ਹੋਏ ਵੀ ਇਹਨਾਂ ਡਾਲਰਾਂ ਨੇ ਅਫਗਾਨਿਸਤਾਨ ਦੀ ਕਰੰਸੀ ਨੂੰ ਮਜ਼ਬੂਤ ਕਰਨ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਵੀ ਨਿਭਾ ਦਿੱਤਾ। ਇਸ ਲਈ ਅਫਗਾਨਿਸਤਾਨ ਦੀ ਕਰੰਸੀ ਬਾਰੇ ਕੁਝ ਰੌਚਕ ਤੱਤ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ ਯੂਟਿਊਬ ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।